ਕਿਹਦੀ ਪਹਿਲੀ ਗੱਡੀ ਯਾਰ ਸਟਾਰਟ ਕਰਾਉਂਦਾ ਲੈ ਕਬੱਡੀ ਪਾ ਵਾਸਤੇ ਪਿਆਰ ਦਾ ਪਿਆਰ ਬੰਦਾ ਤੇ ਦਿਲ ਤੇ ਹੱਥ ਲੜਦਾ ਹੈ ਕਿ ਪੰਜ ਦਾ ਦਾ ਪੰਜ ਦਾ ਸਵਾ ਦਾ ਕਟਾਰਾ ਹੈ ਹੈ ਨਹੀਂ ਆ ਕਬੱਡੀ ਪਾ ਦਾ ਮੁੰਡਾ ਉੱਚਾ ਲੱਗਾ ਕੱਦ ਔਰ ਸਾਹਮਣੇ ਗਲਾਂ ਵਾਲੇ ਸਭ ਔਰ ਸਾਹਮਣੇ ਔਰ ਜਾਫੀ ਕਾਟ ਵਾਲਾ ਧੰਨ 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 ਕਰਦਾ ਹੈ ਪਰ ਫਰੈਂਡ ਰੇਟ ਦਾ ਚੱਲ ਪਈ ਇਧਰ ਕਬੱਡੀ ਪਾ ਵਾਸਤੇ ਇੱਕ ਵਾਰੀ ਫੇਰ ਅੱਗੇ ਬੜ ਵੱਧ ਕੇ ਔਰ ਸਾਡਾ ਸਾਜਦ ਔਰ ਪਿੰਡ ਔਰ 18 ਗ੍ਰੈਡ ਉਸਤਾਦ ਖੁਰਸ਼ੀਦ ਆਲਮ ਸਾਹਿਬ ਉਮਰ ਸਾਹੂ ਯਾਰ ਜਿਹੜਾ ਮੁੰਡਾ ਨਾਲ ਲਿਆਂਦਾ ਤਾਂ ਨਾਂ ਦੱਸਦਾ ਕੋਈ ਮੁੰਡਾ ਭਾਈ ਵੀ ਨਾਂ ਦੱਸੀ ਜਾਵੇ ਸਾਨੂੰ ਮੁੰਡੇ ਨੂੰ ਨਹੀਂ ਆਉਂਦੇ ਤੇ ਪੁੱਜਰ ਔਰ ਗੁੱਜਰ ਤੇ ਸਰੂ ਔਰ ਸਰੂ ਪੀਰ ਹੋਇਆ ਤੇ
ਉਹ ਸਾਨੂੰ ਇੱਥੇ ਚੁੱਕ ਕੇ ਲਈ ਜਾਂਦਾ ਮਿੱਤਰੇ ਕਿਉਂਕਿ ਨਾ ਆਹ ਪਲੈਨ ਹੈ ਤਾਂ ਗੁਲਾਮ ਨਹੀਂ ਸਹੂਗਾ ਚੱਲ ਬਰਮੰਡਾ ਸਕਦਾ
ਕੀ ਕੱਢੂ ਨੇ ਇੱਕ ਦੂਸਰੇ ਦੇ ਚੱਲ ਬਈ ਕਬੱਡੀ ਪਾ ਕੇ ਦੇ ਪਾਸੇ ਮੁੰਡਾ ਔਰ ਚੀਤਾ ਕਬੱਡੀ ਪਾ ਰਿਹਾ ਜਮ ਅਰਸਲਾਨ ਚੀਤਾ ਔਰ ਸਾਹਮਣੇ ਡਾਕਟਰ ਲਖਮਾਨ ਕੇਲੂ ਔਰ ਜਾਨੀ ਲਗਈ ਕੱਲ ਪ੍ਰਵੈਂਟ ਰੇਟਰ ਦਾ ਚੱਲ ਬਈ ਮੁੰਡਾ ਟੋਰ ਮੁੰਡਾ ਟੋਰ ਕਬੱਡੀ ਪਾ ਰਿਹਾ ਕਿ ਕੱਚੇ ਸਮੇਂ ਲੈ ਦੋਵੇਂ ਪਾਸੇ ਇੱਕ ਵਾਰੀ ਫਿਰ ਔਰ ਸਾਜਨ ਗੁਜਰ ਨੂੰ ਲਗਾਇਆ ਕਰੀ ਔਰ ਡਾਕਟਰ ਲਖਮਾਨ ਕੇਲੂ ਔਰ ਤੁਹਾਡੇ ਆਪਣੇ ਪਿੰਡ ਦਾ ਕੇਲੂ ਲਗਾ ਔਰ ਫਿਰ ਬੋਲ ਬੋਲੇ ਨੇ ਔਰ ਤਗੜੀ ਖੋਜ ਚੱਕੀ ਹੈ ਔਰ ਜੀਓ ਕੇਲੂ ਚੱਲ ਵੀ ਲੈਣਾ ਸਾਜਨ ਚੱਲ ਬੱਚੇ ਫਿਰ ਪੱਕਰ ਮੁੱਕਦੇ ਸ਼ਹਿਰ ਨਹੀਂ ਮੁੱਕਦੇ ਪਾਥੀਆਂ ਭੱਜਿਆ ਜ਼ਹਿਰ ਨਹੀਂ ਮੁੱਕਦੇ ਸੱਸਾਂ ਵਿੱਚੋਂ ਮੁੱਕ ਜਾਂਦੇ ਨੇ ਬੱਚਿਆਂ ਵਿੱਚੋਂ ਜ਼ਹਿਰ ਨਹੀਂ ਮੁੱਕਦੇ ਸੱਸਾਂ ਵਿੱਚੋਂ ਮੁੱਕ ਜਾਂਦੇ ਨੇ ਬੱਚਿਆਂ ਵਿੱਚੋਂ ਜ਼ਹਿਰ ਨਹੀਂ ਮੁੱਕਦੇ ਲਓ ਇਧਰਲੇ ਪਾਸੇ ਇੱਕ ਵਾਰੀ ਫਿਰ ਆ ਗੁਲਾਮ ਅਲੀ ਸੁਣ ਲੱਗਾ ਜੋ ਫੇਰ ਮਿਲ ਵੱਡਾ ਤਜਰਬੇਕਾਰ ਜਾਫੀ ਹੈ ਆਪ ਮੁੰਡੇ ਦਾ ਅਗਰ ਵੇਖਿਆ ਜਾਵੇ ਤੇ ਮੇਰਾ ਗੱਲ ਅੱਧੀ ਦਰਜਨ ਜੱਫਾ ਹੈਗੀ ਹੈ ਤਕਰੀਬਨ 6 ਜੱਫੇ ਮੁੰਡੇ ਦੇ ਅੱਗੇ ਪਹਿਲੇ ਆਪ ਚ ਸਾਡੇ ਸ਼ਹਿਜ਼ਾਦੇ ਵੀਰ ਆ ਭਾਈ ਕਹਿੰਦੇ ਚੰਨਣ ਵੀਰ ਕਬੱਡੀ ਜੇ ਜਾਪੀਆ ਜੱਫਾ ਮਾਰੇ ਤਾਂ ਤੇਰੇ ਵਾਸਤੇ ਬਿਲਕੁਲ ਤਾੜੀ ਹੋਣੀ ਚਾਹੀਦੀ ਕਿਉਂਕਿ ਮੁੰਡਾ ਨਵਾਂ ਆ ਪਰ ਬ੍ਰੈਂਡ ਠੀਕ ਹੈ ਹੈਲੋ
ਔਰ ਤੁਹਾਡਾ ਬਿਲਕੁਲ ਹੱਦ ਕਰੀ ਜਾਂਦਾ ਔਰ ਆਪਣੇ ਨਾਲ ਜੇਬ ਹੱਦ ਕਰੀ ਜਾਂਦਾ। ਚੱਲ ਵੀ ਕਬੱਡੀ ਬਾਈ ਆਪਣਾ ਇੱਕ ਨਾਲ ਵੱਧ ਕੇ ਇੱਕ ਵਾਰੀ ਫਿਰ ਆਪਣਾ ਕਬੱਡੀ ਬਾਈ ਆਪ ਤੋਂ ਫਖਰ ਆਪ ਦਾ ਨਾਮ ਹੈ ਇਸ ਸਮਾਗਮ ਦਾ ਬਿਲਕੁਲ
ਕਹਿ ਕੇ ਰਹੇ ਹਾਂ
ਹਾਂਜੀ ਸਰਦਾਰ ਅਨਸਰ ਟੋਕਰ ਜੱਟ ਉਹਨਾਂ ਵੱਲੋਂ ਮੇਰੇ ਵਾਸਤੇ ਨਾਮ ਆਇਆ ਭਰਾਵਾ ਨਾ ਇਸ ਬੰਦੇ ਨੇ ਦਵਾਇਆ ਜੀ ਅਤੇ ਜੇ ਕੋਈ ਵਾਧਾ ਘਾਟਾ ਕਰਨਾ ਇਹਨੂੰ ਫੜੀ ਪਿਓ ਤਾਂ ਨਾ ਜੱਟ ਡੋਗਰ ਨਹੀਂ ਹੁੰਦੇ ਅਤੇ ਡੋਗਰ ਜੱਟ ਨਹੀਂ ਹੁੰਦੇ ਇਹ ਹੁਣ ਮੈਨੂੰ ਕਹਿ ਰਿਹਾ ਮੈਂ ਵੀ ਜਗਲ ਮਾਰਤੀ ਇਹਦੇ ਕਹੀ ਕਿਉਂਕਿ ਸਾਨੂੰ ਜਦੋਂ ਤੱਕ ਨੋਟਾਂ ਦੀ ਬੁਖਾਰ ਸੱਜਣਾ ਉਦੋਂ ਤੱਕ ਨਹੀਂ ਰਹਿੰਦੇ ਪਿਆਰ ਆਹ ਪਲੈਨ ਕਿਹਦੇ ਪਾਸੇ ਦੇਖਣਾ ਪੈਣਾ ਕਿਹਦੀ ਟੀਮ ਦੇ ਖਾਤੇ ਜਾਂਦਾ ਲਓ ਪਲੈਨ ਚਾਬੀ ਦਾ ਹੋ ਗਿਆ ਆਹ ਪਲੈਨ 173 ਮਾਲ ਦਾ ਹੋ ਗਿਆ ਚੱਲ ਵੀ ਕਬੱਡੀ ਫਿਰ ਮੈਂ ਮੁੰਡਾ ਸਲਾਮ ਕੀਤਾ ਬਹੁਤ ਜ਼ਿਆਦਾ ਸ਼ੁਕਰੀਆ ਭਾਈ ਕਮਾਨ ਮਾਨਾ ਰਹੀ ਔਰ ਸਰਦਾਰ ਸਲਾਮ ਟੋਕਰ ਔਰ ਬਾਦ ਸਰਦਾਰ ਐਟਮ ਸਾਡੇ ਸੀ ਦਾ ਸ਼ਿਕਾਰਮ ਦੇ ਸਾਹਮਣੇ ਅਸਲਮ ਟੋਕਰ ਔਰ ਬਾਦ ਮੁੰਡਾ ਆਕਬ ਰਾਜਪੂਤ ਔਰ 75 ਪਿੰਡਾ ਔਰ ਬਹੁਤ ਵਧੀਆ ਜੂ ਮੈਂ ਭਾਈ ਹਾਂਜੀ ਬਹੁਤ ਜ਼ਿਆਦਾ ਸ਼ੁਕਰੀਆ ਪਿਆਰ ਦਾ ਮਾਣ ਦਾ ਰੁਹਬਤ ਹੈ ਭਾਈ ਮਾਣ ਮਾਣਾ ਰਹੇ ਜੀ ਸਾਡੇ ਅੱਜ ਦੇ ਵੱਡੇ ਪ੍ਰਾਹੁਣੇ ਉਹਨਾਂ ਵੱਲੋਂ ਮੇਰੇ ਵਾਸਤੇ ਮਾਣ ਆਇਆ ਮੁਹੱਬਤ ਆਈ ਜੀ ਥੈਂਕ ਯੂ ਜੀਗਾ ਵਾਲੇ ਭਾਈ ਜੀ ਔਰ ਪਾਸੇ ਔਰ ਕਬੱਡੀ ਮੁੰਡਾ ਪਾਏਗਾ ਦਰਾਂ ਤਰਾਂ ਸਾਰੀ ਲੱਖ ਵੈਨ ਚਾਪੀ ਦਾ ਹੋ ਗਿਆ ਅਸਮਾਨ ਸੁਣਦਾ ਪ੍ਰਾਪਤ ਜੀ ਔਰ ਅੱਜ ਦੇ ਸਰਦਾਰ ਜੀ ਕੁਛ ਨੀ ਸੁਣਿਆ ਖੈਰ ਇਨਸ਼ਾਅੱਲਾ ਮੌਲਾ ਅਲੀ ਦੀ ਸਹੀ ਬਾਣੀ ਹੈ ਕੁਛ ਨਹੀਂ ਹੁੰਦਾ ਇਹਨਾਂ ਨੂੰ ਥੋੜਾ ਬਹੁਤਾ ਹੁੰਦਾ ਹੀ ਰਹਿੰਦਾ ਗਰਾਊਂਡ ਦੇ ਵਿੱਚ ਕੱਲੇ ਨਾ ਪੁੱਤਰ ਰਾਣਾ ਸਾਜਦ ਅਗਰ ਗ੍ਰਹਿਣ ਲੈਂਦਾ ਤੇ ਤੂੰ ਸਟੇਜ ਆ ਗਈ ਰਾਣਾ ਸਾਜਦ ਆਹ ਲਾਗੇ ਉਮਰ ਸਹੁ ਆਹ ਸਮਾਂ ਦਾ ਪੁੱਤਰ ਔਰ ਦੂਜੇ ਪਾਸੇ ਰਾਣਿਆਂ ਦਾ ਪੁੱਤਰ ਔਰ ਮੇਰਾ ਕਹਿਣਾ ਜਿੰਦਾਬਾਦ ਭਾਜੀ ਮਾਤਾ ਨਹੀਂ ਮੈਂ
ਜਾ ਕੇ ਫਿਰ ਆਪਣੇ ਪੁੱਤ ਪੁੱਤ ਨੂੰ ਲੈ ਆ। ਚੱਲ 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 ਬੰਦਾ ਲੰਘ ਵੀ ਗਿਆ, ਤੂੰ ਮੈਨੂੰ ਕਿਉਂ ਗੱਲਾਂ ਚਲਾਉਣਾ ਬਾਰ ਬਾਰ? ਥੋੜਾ ਜਿਹਾ ਰਾਜ ਘਾਟ ਕਰ ਦੇ ਯਾਰ, ਮਿਹਰਬਾਨੀ ਕਰੋ, ਆ ਥੋੜਾ ਜਿਹਾ ਰਾਜ ਘਟਾ ਦੇ ਯਾਰ। Yeah.
ਸਰਕਾਰਾਂ ਸਹੀ ਗਿਆ। ਇਹ ਮੈਨੂੰ ਅੱਜ ਪਤਾ ਲੱਗਾ ਇਹ ਡੋਗਰਾਂ ਦੇ ਵਿੱਚ ਵੀ ਚਿੱਟੇ ਰੰਗ ਦੇ ਬੰਦੇ ਹੁੰਦੇ ਆ, ਇਹ ਮੇਰੇ ਪਿੰਡ ਵਾਲੇ ਤੇ ਡੋਗਰ ਹੁੰਦੇ ਹੀ ਆ ਸਾਰੇ। ਜਿੰਦਾਬਾਦ ਯਾਰ। ਅਰਸਲਾਨ ਡੋਗਰ ਜੀ, ਇਹ ਪੰਜ ਪੰਜ ਸੌ ਵਾਲੇ ਲੋਕ ਘਰੇ ਜਾ ਜਾਂਦੇ ਆ।